welcom to electronic vocational ਅੱਜ ਦੀ ਇਸ ਵੀਡੀਓ ਚ ਆਪਾਂ ਕਰਾਂਗੇ ਸ਼ਾਰਟ ਕੁਐਸ਼ਨਸ ਇਲੈਕਟ੍ਰੋਨਿਕ ਪਲੱਸ 2 ਵੋਕੇਸ਼ਨਲ ਦੇ 83 ਇਲੈਕਟ੍ਰੋਨਿਕ ਡਿਵਾਈਸਸ ਐਂਡ ਸਰਕਟਸ ਉਸ ਚੈਪਟਰ ਨੰਬਰ 2 ਪਾਵਰ ਐਂਪਲੀਫਾਇਰ ਫਰਸਟ ਕੁਐਸ਼ਨ ਹੈ ਪਾਵਰ ਐਂਪਲੀਫਾਇਰ ਕੀ ਕਰਦਾ ਹੈ ਪਾਵਰ ਐਂਪਲੀਫਾਇਰ ਸਾਡੇ ਵੋਲਟੇਜ ਔਰ ਕਰੰਟ ਦੋਨਾਂ ਨੂੰ ਵਧਾਉਂਦਾ ਹੈ ਜਿਵੇਂ ਵੋਲਟੇਜ ਐਂਪਲੀਫਾਇਰ ਕੱਲੀ ਵੋਲਟੇਜ ਐਂਪਲੀਫਾਈ ਕਰਦਾ ਏ ਉਵੇਂ ਸਾਡਾ ਪਾਵਰ ਐਂਪਲੀਫਾਇਰ ਜਿੱਥੇ ਕਿਤੇ ਸਾਨੂੰ ਵੋਲਟੇਜ ਕਰੰਟ ਦੋਨਾਂ ਨੂੰ ਇਨਕਰੀਸ ਕਰਨਾ ਪੈਂਦਾ ਹੈ ਉੱਥੇ ਅਸੀਂ ਪਾਵਰ ਐਂਪਲੀਫਾਇਰ ਲਗਾ ਦਿੰਦੇ ਆ ਕਵੈਸਚਨ ਨੰਬਰ 2 ਪਾਵਰ ਐਂਪਲੀਫਾਇਰ ਦੀ ਜ਼ਿਆਦਾਤਰ ਵਰਤੋਂ ਕਿੱਥੇ ਕੀਤੀ ਜਾਂਦੀ ਹੈ ਜਿੰਨੇ ਵੀ ਸਾਡੇ ਆਡੀਓ ਸਰਕਟਸ ਨੇ ਉਹਨਾਂ ਦੇ ਵਿੱਚ ਪਾਵਰ ਐਂਪਲੀਫਾਇਰ ਦੀ ਵਰਤੋਂ ਕੀਤੀ ਜਾਂਦੀ ਹੈ ਕਵੈਸਚਨ ਨੰਬਰ 3 ਪਾਵਰ ਐਂਪਲੀਫਾਇਰ ਕਿਹੜੀਆਂ ਦੋ ਚੀਜ਼ਾਂ ਨੂੰ ਵਧਾਉਂਦਾ ਹੈ ਪਾਵਰ ਦਾ ਫਾਰਮੂਲਾ ਹੁੰਦਾ ਹੈ V I ਵੋਲਟੇਜ ਐਂਡ ਕਰੰਟ ਸੋ ਇਹ ਵੋਲਟੇਜ ਆਰ ਕਰੰਟ ਦੋਨਾਂ ਨੂੰ ਵਧਾਉਂਦਾ ਹੈ ਕੁਐਸਚਨ ਨੰਬਰ 4 ਪਾਵਰ ਐਂਪਲੀਫਾਇਰ ਅਸੀਂ ਕਿਉਂ ਵਰਤਦੇ ਹਾਂ ਲੋਡ ਤੇ ਹਾਈ ਆਉਟਪੁੱਟ ਲੈਣ ਲਈ ਵਧੀਆ ਆਉਟਪੁੱਟ ਲੈਣ ਲਈ ਇੱਕ ਸਟਰੋਂਗ ਸਿਗਨਲ ਪ੍ਰਾਪਤ ਕਰਨ ਦੇ ਲਈ ਅਸੀਂ ਪਾਵਰ ਐਂਪਲੀਫਾਇਰ ਸਾਡੇ ਲੋਡ ਤੋਂ ਪਹਿਲਾਂ ਲਗਾਉਂਦੇ ਹਾਂ ਕੁਐਸਚਨ ਨੰਬਰ 5 ਵੋਲਟੇਜ ਐਂਪਲੀਫਾਇਰ ਦਾ ਦੂਸਰਾ ਨਾਂ ਕੀ ਹੈ ਵੋਲਟੇਜ ਐਂਪਲੀਫਾਇਰ ਨੂੰ ਸਮਾਲ ਸਿਗਨਲ ਐਂਪਲੀਫਾਇਰ ਵੀ ਕਿਹਾ ਜਾਂਦਾ ਹੈ ਕੁਐਸਚਨ ਨੰਬਰ 6 ਪਾਵਰ ਐਂਪਲੀਫਾਇਰ ਦਾ ਦੂਸਰਾ ਨਾਂ ਕੀ ਹੈ ਲਾਰਜ ਸਿਗਨਲ ਐਂਪਲੀਫਾਇਰ ਕੁਐਸਚਨ ਨੰਬਰ 7 ਵੋਲਟੇਜ ਐਂਪਲੀਫਾਇਰ ਵਿੱਚ ਕਿਹੜੀ ਕਪਲਿੰਗ ਵਰਤੀ ਜਾਂਦੀ ਹੈ ਆਰਸੀ ਕਪਲਿੰਗ ਦੀ ਵਰਤੋਂ ਕੀਤੀ ਜਾਂਦੀ ਹੈ ਕੁਐਸਚਨ ਨੰਬਰ 8 ਪਾਵਰ ਐਂਪਲੀਫਾਇਰ ਵਿੱਚ ਕਿਹੜੀ ਕਪਲਿੰਗ ਵਰਤੀ ਜਾਂਦੀ ਹੈ? ਟਰਾਂਸਫਾਰਮਰ ਕਪਲਿੰਗ। ਕੁਐਸਚਨ ਨੰਬਰ 9 ਵੋਲਟੇਜ ਐਂਪਲੀਫਾਇਰ ਤੇ ਪਾਵਰ ਐਂਪਲੀਫਾਇਰ ਕਿਹੜੀਆਂ ਸਟੇਜਾਂ ਵਿੱਚ ਲੱਗਦੇ ਹਨ? ਆਪਾਂ ਨੂੰ ਪਤਾ ਹੈ ਕਿ ਐਂਪਲੀਫਿਕੇਸ਼ਨ ਦੇ ਟਾਈਮ ਬਹੁਤ ਸਾਰੀਆਂ ਸਟੇਜਿਸ ਜੋੜੀਆਂ ਜਾਂਦੀਆਂ ਨੇ ਕਿਉਂਕਿ ਇਕੱਠਾ ਆਪਾਂ ਕਿਸੇ ਸਿਗਨਲ ਨੂੰ ਐਂਪਲੀਫਾਈ ਨਹੀਂ ਕਰ ਸਕਦੇ। ਸੋ ਜਿਹੜਾ ਵੋਲਟੇਜ ਐਂਪਲੀਫਾਇਰ ਹੈ ਉਹ ਹਮੇਸ਼ਾ ਪਹਿਲੀ ਸਟੇਜ ਤੇ ਲਗਾਇਆ ਜਾਂਦਾ ਹੈ ਔਰ ਜੋ ਪਾਵਰ ਐਂਪਲੀਫਾਇਰ ਹੈ ਉਹ ਹਮੇਸ਼ਾ ਆਖਰੀ ਸਟੇਜ ਦੇ ਵਿੱਚ ਲਗਾਇਆ ਜਾਂਦਾ ਹੈ। ਕੁਐਸਚਨ ਨੰਬਰ 10 ਹੀਟ ਸਿੰਕ ਦੀ ਲੋਡ ਕਿਹੜੇ ਐਂਪਲੀਫਾਇਰ ਵਿੱਚ ਹੁੰਦੀ ਹੈ ਪਾਵਰ ਐਂਪਲੀਫਾਇਰ ਵੋਲਟੇਜ ਐਂਪਲੀਫਾਇਰ ਨੂੰ ਹੀਟ ਸਿੰਕ ਦੀ ਜ਼ਰੂਰਤ ਨਹੀਂ ਹੁੰਦੀ ਪਾਵਰ ਦੇ ਵਿੱਚੇ ਲੱਗਦੇ ਨੇ। ਕੁਐਸਚਨ ਨੰਬਰ 11 ਪਾਵਰ ਐਂਪਲੀਫਾਇਰ ਦੀਆਂ ਕਿਸਮਾਂ ਦੱਸੋ ਕਲਾਸ A ਕਲਾਸ B class a b and push pull amplifier question number 12 class a amplifier ਦਾ ਦੂਸਰਾ ਨਾਮ ਦੱਸੋ ਇਸ ਨੂੰ ਸਿੰਗਲ ਐਂਡੇਡ ਐਂਪਲੀਫਾਇਰ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਵਿੱਚ ਸਿਰਫ ਇੱਕ ट्रांजਿਸਟਰ ਵਰਤਿਆ ਜਾਂਦਾ ਹੈ question number 13 ਕਿਸ ਪਾਵਰ ਐਂਪਲੀਫਾਇਰ ਵਿੱਚ ਆਉਟਪੁੱਟ ਤੇ ট্রান্সਫਾਰਮਰ ਲੱਗਦਾ ਹੈ class a ਅਤੇ push pull amplifier ਦੇ ਲੋਡ ਤੇ ਆਪਣੇ ট্রান্সਫਾਰਮਰ ਲੱਗਦਾ ਹੈ ਦੂਸਰੇ ਦੋਨਾਂ ਵਿੱਚ ট্রান্সਫਾਰਮਰ ਦੀ ਵਰਤੋਂ ਨਹੀਂ ਕੀਤੀ ਜਾਂਦੀ। ਕੁਐਸਚਨ ਨੰਬਰ 14 ਕਲਾਸ A ਦੀ ਐਫੀਸ਼ੀਐਂਸੀ ਕਿੰਨੀ ਹੈ? 50% 15 ਕਿਸ ਐਂਪਲੀਫਾਇਰ ਵਿੱਚ ਆਉਟਪੁੱਟ ਪੂਰੇ ਸਾਈਕਲ ਦੌਰਾਨ ਮਿਲਦੀ ਹੈ? ਕਲਾਸ A ਐਂਪਲੀਫਾਇਰ। ਕੁਐਸਚਨ ਨੰਬਰ 16 ਕਲਾਸ B ਦੀ ਆਉਟਪੁੱਟ ਦੀ ਜਾਣਕਾਰੀ ਦਿਓ। क्लास बी सानू आउटपुट सिर्फ अद्धे साइकल दौरान ओनली फॉर पॉजिटिव हाफ साइकल क्वेश्चन नंबर सैवनटीन क्लास बी की एफिशेंसी कि सैवनटी एट पॉइंट फाइव परसेंट क्वेश्चन नंबर एटीन किस एम्पलीफायर की आउटपुट हाफ सैकल तो भी घट है क्लास सी एम्पलीफायर की आउटपुट हाफ हाफ सइकल तो भी घट मिलती है क्वेश्चन नंबर नाइनटीन ਕਲਾਸ AB ਵਿੱਚ ਕਿਸ ਕਿਸ ਐਂਪਲੀਫਾਇਰ ਦੇ ਗੁਣ ਹਨ ਕਲਾਸ AB ਦੇ ਵਿੱਚ ਕਲਾਸ A ਤੇ ਕਲਾਸ B ਦੋਨਾਂ ਦੀਆਂ ਗੁੱਡ ਕੁਆਲਿਟੀਆਂ ਨੂੰ ਕੰਬਾਈਨ ਕੀਤਾ ਗਿਆ ਹੈ ਕੁਐਸਚਨ ਨੰਬਰ 20 ਕਲਾਸ A ਦਾ ਇੱਕ ਗੁਣ ਦੱਸੋ ਹੁਣੇ ਆਪਾਂ ਗੱਲ ਕੀਤੀ ਹੈ ਕਿ AB ਦੇ ਵਿੱਚ ਦੋਨਾਂ ਦੀਆਂ ਗੁੱਡ ਕੁਆਲਿਟੀਆਂ ਨੂੰ ਕੰਬਾਈਨ ਕੀਤਾ ਹੈ ਉਹ ਕਿਹੜੀਆਂ ਕੁਆਲਿਟੀਆਂ ਨੇ ਕਲਾਸ A ਦੇ ਵਿੱਚ ਡਿਸਟੋਰਸ਼ਨ ਬਹੁਤ ਹੀ ਲੋ ਹੁੰਦੀ ਹੈ 21 ਕੁਐਸਚਨ ਕਲਾਸ B ਦਾ ਇੱਕ ਗੁਣ ਦੱਸੋ ਇਸ ਦੀ ਐਫੀਸ਼ੀਐਂਸੀ ਕਾਫੀ ਹਾਈ ਹੈ ਇਹਨਾਂ ਦੋਨਾਂ ਕੁਆਲਿਟੀਜ਼ ਨੂੰ ਯੂਜ਼ ਕਰਕੇ ਕਲਾਸ AB ਬਣਿਆ ਹੈ ਕੁਐਸਚਨ ਨੰਬਰ 22 ਕਿਸ ਐਂਪਲੀਫਾਇਰ ਦੀ ਆਉਟਪੁੱਟ ਹਾਫ ਸਾਈਕਲ ਤੋਂ ਵੱਧ ਤੇ ਪੂਰੇ ਤੋਂ ਘੱਟ ਮਿਲਦੀ ਹੈ ਕਲਾਸ AB ਐਂਪਲੀਫਾਇਰ ਕੁਐਸਚਨ ਨੰਬਰ 23 ਆਪਰੇਟਿੰਗ ਪੁਆਇੰਟ ਨੂੰ ਕਿਸ ਅਲਫਾਬੈਟ ਨਾਲ ਦਰਸਾਇਆ ਜਾਂਦਾ ਹੈ ਕੈਪੀਟਲ Q ਦੇ ਨਾਲ ਕੁਐਸਚਨ ਨੰਬਰ 24 ਪੁਸ਼ਪੁਲ ਕੀ ਹੈ ਪੁਸ਼ਪੁਲ ਐਂਪਲੀਫਾਇਰ ਦੇ ਵਿੱਚ ਦੋ 트랜ਜਿਸਟਰ ਹੁੰਦੇ ਨੇ ਇੱਕ 트랜ਜਿਸਟਰ ਨੂੰ ਪੁਸ਼ ਐਂਪਲੀਫਾਇਰ ਕਿਹਾ ਜਾਂਦਾ ਹੈ ਦੂਸਰੇ ਨੂੰ ਪੁਲ ਐਂਪਲੀਫਾਇਰ ਪੁਸ਼ ਐਂਪਲੀਫਾਇਰ ਪੋਜ਼ਿਟਿਵ ਹਾਫ ਸਾਈਕਲ ਲਈ ਕੰਮ ਕਰਦਾ ਹੈ ਪੁਲ ਐਂਪਲੀਫਾਇਰ ਪੁਲ 트랜ਜਿਸਟਰ ਹਾਫ ਲਈ ਕੰਮ ਕਰਦਾ ਹੈ ਨੈਗੇਟਿਵ ਹਾਫ ਲਈ ਕੰਮ ਕਰਦਾ ਹੈ ਦੋਨੋਂ 트랜ਜਿਸਟਰਸ ਨੂੰ ਹੀ ਪੁਸ਼ਪੁਲ ਕਿਹਾ ਜਾਂਦਾ ਹੈ 25 ਕੁਐਸਚਨ ਪੁਸ਼ਪੁਲ ਐਂਪਲੀਫਾਇਰ ਕਿਸ ਨਾਲ ਮਿਲਦਾ ਜੁਲਦਾ ਹੈ ਕਲਾਸ ਬੀ ਐਂਪਲੀਫਾਇਰ ਨਾਲ ਮਿਲਦਾ ਹੈ। ਕੁਐਸਚਨ ਨੰਬਰ 26 ਹੀਟ ਸਿੰਕ ਕੀ ਕਰਦੇ ਹਨ? ਹੀਟ ਸਿੰਕ ਸਾਡੇ ਸਰਕਟ ਵਿੱਚ ਪੈਦਾ ਹੋਏ ਤਾਪਮਾਨ ਨੂੰ ਆਪਣੇ ਅੰਦਰ ਅਬਜ਼ਰਵ ਕਰਦੇ ਨੇ ਤਾਂ ਕਿ ਸਾਡੇ ਸਰਕਟ ਦੀ ਹੀਟ ਘੱਟ ਹੋ ਸਕੇ। ਕੁਐਸਚਨ ਨੰਬਰ 27 ਹੀਟ ਸਿੰਕ ਦੀਆਂ ਕਿਸਮਾਂ ਦੱਸੋ? ਹੀਟ ਸਿੰਕ ਦੋ ਪ੍ਰਕਾਰ ਦੇ ਆਉਂਦੇ ਨੇ ਐਕਟਿਵ ਹੀਟ ਸਿੰਕ ਐਂਡ ਪੈਸਿਵ ਹੀਟ ਸਿੰਕ। ਕੁਐਸਚਨ ਨੰਬਰ 28 शेप्स ਦੇ ਆਧਾਰ ਤੇ ਵੱਖ-ਵੱਖ ਹੀਟ ਸਿੰਕਸ ਦੇ ਨਾਂ ਦੱਸੋ ਐਕਸਟਰੂਡਡ ਫੋਲਡਡ ਫਿਨ ਬੌਂਡਡ ਫਿਨ ਐਕਟਿਵ ਫੈਨ ਸਟੈਂਪਿੰਗ ਕ੍ਰਾਸ ਕੱਟ ਇਹ ਆਕਾਰ ਦੇ ਆਧਾਰ ਤੇ ਸ਼ੇਪ ਦੇ ਆਧਾਰ ਤੇ ਇਹਨਾਂ ਦੇ ਨਾਮ ਨੇ ਕੰਮ ਸਾਰਿਆਂ ਦਾ ਹੀ ਸੇਮ ਹੈ ਕੁਐਸਚਨ ਨੰਬਰ 29 ਕਿਸ ਹੀਟ ਸਿੰਕ ਵਿੱਚ ਕੋਈ ਵੀ ਮਕੈਨੀਕਲ ਪਾਰਟ ਘੁੰਮਣ ਵਾਲਾ ਹਿੱਸਾ ਨਹੀਂ ਹੁੰਦਾ ਪੈਸਿਵ ਹੀਟ ਸਿੰਕ ਐਕਟਿਵ ਦੇ ਵਿੱਚ ਘੁੰਮਣ ਵਾਲੇ ਪਾਰਟ ਹੁੰਦੇ ਨੇ ਰੋਟਰੀ ਪਾਰਟ ਹੁੰਦੇ ਨੇ ਪੈਸਿਵ ਦੇ ਵਿੱਚ ਕੋਈ ਵੀ ਮਕੈਨੀਕਲ ਪਾਰਟ ਕੋਈ ਵੀ ਘੁੰਮਣ ਵਾਲਾ ਹਿੱਸਾ ਨਹੀਂ ਹੁੰਦਾ ਸੋ ਇਹ ਸੀਗੇ ਕੁਐਸਚਨ ਤੁਹਾਡੇ ਟ੍ਰੇਡ 3 ਚੈਪਟਰ 2 ਦੇ ਨੈਕਸਟ ਵੀਡੀਓ ਚ ਮਿਲਦੇ ਆ ਨੈਕਸਟ ਟਾਪਿਕ ਨਾਲ ਥੈਂਕ ਯੂ